ਮੈਂ ਜਮਹੂਰੀਅਤ ਬਚਾਉਣ ਵਾਸਤੇ, ਦੇਸ਼ ਦੀਆਂ ਜਮਹੂਰੀ ਸੰਸਥਾਵਾਂ ਬਚਾਉਣ ਵਾਸਤੇ, ਦੇਸ਼ ਨੂੰ ਹਿੰਦੂ ਰਾਸ਼ਟਰ ਬਣਨ ਤੋਂ ਬਚਾਉਣ ਵਾਸਤੇ, ਹਿੰਦੂ ਤਵੀ ਝੰਡੇ ਨੂੰ ਠੱਲ ਪਾਉਣ ਵਾਸਤੇ ਮੈਂ ਕਾਂਗਰਸ ਦੀ ਮਦਦ ਲਿਆ। ਮੈਂ ਪੰਜਾਬ ਦੇ ਨਾਲ ਹੈ, ਕਿਸੇ ਤਰ੍ਹਾਂ ਵੀ ਪੰਜਾਬ ਨੂੰ ਇਹ ਜਿਹੜਾ ਦਿੱਲੀ ਦਾ ਮੁੱਖ ਮੰਤਰੀ ਹੈ ਇਸ ਤੋਂ ਬਚਾਉਣਾ ਹੈ, ਕਿਉਂਕਿ ਦਿੱਲੀ ਦਾ ਲੁੱਟ ਕੇ ਪੈਸਾ ਇੱਥੇ ਲਗਾ ਰਹੇ, ਇੱਥੇ ਐਡਵਰਟਾਈਜਮੈਂਟ ਆਪਣੀ ਕਰ ਰਹੇ, ਸਾਡਾ ਲੁੱਟ ਕੇ ਬਾਹਰ ਲੈ ਕੇ ਜਾਣਗੇ। ਇਹ ਚੰਗੀ ਸੋਚ ਦੇ ਬੰਦੇ ਨਹੀਂ ਹੈ। ਇਹਨਾਂ ਤੋਂ ਪੰਜਾਬ ਨੂੰ ਬਚਾਉਣ ਵਾਸਤੇ ਕੋਈ ਮੁੱਖ ਮੰਤਰੀ ਬਣੇ, ਕਿਸੇ ਦਾ ਨਾਂ ਆਵੇ, ਮੈਂ ਉਸ ਦੇ ਨਾਲ ਚੱਲਾਂਗਾ। ਕਿਰਪਾ ਕਰੋ, ਸੰਭਾਲੋ ਮੈਨੂੰ, ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ, ਮੈਨੂੰ ਬੋਲ ਦੇ ਲਓ, ਮੈਂ ਤੁਹਾਡਾ ਬਣ ਕੇ ਇੱਥੇ ਰਹਾਂਗਾ ਜਾਂਦਾ ਜੀ। ਅੱਜ ਮੈਂ ਆਪਣੇ ਹਲਕਾ ਭਦੌੜ ਪਹੁੰਚਾਇਆ। ਭਦੌੜ ਦੇ ਵਿੱਚ ਇੱਕ ਤਰਫਾ ਹੋ ਗਏ ਆ ਲੋਕ, ਸਾਰੇ ਆਗੂ ਅਤੇ ਸਾਰੇ ਲੋਕ ਇੱਕ ਪਾਸੇ ਚੱਲ ਪਏ ਆ। ਅੱਜ ਮੈਂ ਧੰਨਵਾਦੀ ਹਾਂ ਡਾਕਟਰ ਧਰਮਵੀਰ ਗਾਂਧੀ ਜੀ ਦਾ, ਜਿਨ੍ਹਾਂ ਨੇ ਜਿਹੜੇ ਆਮ ਆਦਮੀ ਦੇ ਮੋਢੀ ਰਹੇ ਹੈ, ਜਿਹੜੇ ਆਮ ਆਦਮੀ ਪਾਰਟੀ 'ਚੋਂ ਪਟਿਆਲੇ ਤੋਂ MP ਬਣੇ ਸੀ, ਉਹਨਾਂ ਨੇ ਅੱਜ ਸਾਨੂੰ ਆ ਕੇ ਸਪੋਰਟ ਦਿੱਤੀ ਹੈ, ਮੈਂ ਉਹਨਾਂ ਦਾ ਧੰਨਵਾਦੀ ਹਾਂ। ਸਰਦਾਰ ਦਰਬਾਰਾ ਸਿੰਘ ਗੁਰੂ, ਜਿਨ੍ਹਾਂ ਨੇ MP ਔਰ MLA ਦੀ ਇਲੈਕਸ਼ਨ ਅਕਾਲੀ ਦਲ ਵੱਲੋਂ ਲੜੀ, ਭਦੌੜ ਤੋਂ ਵੀ ਇਲੈਕਸ਼ਨ ਲੜੇ, ਉਹਨਾਂ ਨੇ ਵੀ ਅੱਜ ਕਾਂਗਰਸ ਸ਼ਾਮਿਲ ਹੋ ਕੇ ਸਾਨੂੰ ਸਪੋਰਟ ਦਿੱਤੀ ਹੈ, ਮੈਂ ਉਹਨਾਂ ਦਾ ਧੰਨਵਾਦੀ ਕਰਨਾ। ਦੇਸ਼ ਇੱਕ ਅਜਿਹੇ ਦਹਾਨੇ 'ਤੇ ਖੜਾ ਹੈਗਾ ਜਦੋਂ ਜਮਹੂਰੀਅਤ ਨੂੰ ਬਚਾਉਣਾ ਬਹੁਤ ਜ਼ਰੂਰੀ ਹੈਗਾ। ਕਿੰਨੀਆਂ ਜਮਹੂਰੀਅਤ ਦੇ ਥੰਬ ਨੇ ਉਹ ਸਾਰੇ ਖਤਮ ਕੀਤੇ ਜਾ ਰਹੇ ਹੈਗੇ ਆ। ਅਜਿਹੇ ਮੌਕੇ 'ਤੇ ਕਾਂਗਰਸ ਪਾਰਟੀ ਦਾ ਜੋ ਪੁਰਾਣਾ ਇਤਿਹਾਸ ਹੈ, ਜੋ ਦੇਸ਼ ਨੂੰ ਜਿੰਨਾ ਕੁ ਵੀ ਇਹਨਾਂ ਨੇ ਬਣਾਇਆ ਹੈਗਾ, ਜੋ ਸੰਸਥਾਵਾਂ ਕਾਇਮ ਕੀਤੀਆਂ, ਜਮਹੂਰੀਅਤ ਦੇ ਪੈਰ ਲਾਏ ਨੇ, ਜੜ੍ਹਾਂ ਪੱਕੀਆਂ ਕੀਤੀਆਂ ਨੇ, ਉਹਨੂੰ ਅੱਜ ਜੇ ਕੋਈ ਬਚਾ ਸਕਦਾ ਹੈਗਾ, ਮੇਰੇ ਮੁਤਾਬਕ ਉਹ ਅੱਜ ਕਾਂਗਰਸ ਪਾਰਟੀ ਹੈਗੀ ਹੈ, ਹੋਰ ਕੋਈ ਪਾਰਟੀ ਹਾਲ 'ਚ ਨਹੀਂ ਹੈਗੀ ਹੈ। ਨੌਕਰੀ ਕਰਦੇ ਹੈਗੇ, ਗੱਲ ਵੀ ਸੁਣਨ ਨੂੰ ਤਿਆਰ ਨਹੀਂ ਹੈਗੇ ਗੇ। ਹੁਣ ਜੇਕਰ ਇਹਨਾਂ ਨੇ ਸਾਡੀ ਗੱਲ ਨਾ ਸੁਣੀ ਤੇ ਸਾਨੂੰ ਲਿਖਤੀ ਚ ਨਾ ਦਿੱਤਾ ਵੀ ਅਸੀਂ ਤੁਹਾਨੂੰ ਸਾਡੀ ਸਰਕਾਰ ਮੰਨਦੇ ਹਾਂ, ਰੈਗੂਲਰ ਕਰਾਂਗੇ, ਜਾਂ ਅਸੀਂ ਜਿੱਤਦੇ ਹਾਂ ਤੁਹਾਡੀ ਉਹ ਕਰਾਂਗੇ, ਤਾਂ ਨਹੀਂ, ਜੇ ਸਾਡੀ ਇਹ ਲਿਖਤੀ ਸਾਡੇ ਨਾਲ ਨਹੀਂ ਕਰਦੇ ਤਾਂ ਅਸੀਂ 1 ਲੱਖ ਦੇ ਲਗਭਗ ਮੁਲਾਜ਼ਮ ਹਾਂ, ਸਾਡੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਭਦੌੜ ਦੇ ਵਿੱਚ ਦੇ ਉਧਰੋਂ ਚਮਕੌਰ ਸਾਹਿਬ ਦੀ ਧਰਤੀ ਜਿੱਥੇ ਉੱਠੇ ਆ, ਦੋਨੋਂ ਥਾਂ ਪੱਕਾ ਮੋਰਚਾ ਲੱਗੂ, ਅਸੀਂ ਪਿੰਡ ਪਿੰਡ ਘਰ ਘਰ ਜਾਵਾਂਗੇ। ਲਗਾਤਾਰ ਇਹਨਾਂ ਨੂੰ ਮਿਲਣ ਦੀ ਕੋਸ਼ਿਸ਼ਾਂ ਕਰ ਰਹੇ ਹਾਂ, ਪਰ ਅੱਜ ਵੀ ਇਹਨਾਂ ਨੇ ਸਾਨੂੰ ਕਿਹਾ ਵੀ ਮਿਲਵਾ ਦਾਂਗੇ, ਪਰ ਮਿਲੇ ਨਹੀਂ। ਸਾਡੇ ਨਾਲ ਧੱਕਾ ਮੁੱਕੀ ਹੋਈ ਹੈ, ਮੈਡਮ ਹੈਂਡੀਕੈਪਟ ਨੇ, ਉਹਨਾਂ ਨਾਲ ਬਹੁਤ ਧੱਕਾ ਮੁੱਕੀ ਹੋਈ ਆ, ਅਤੇ ਇਹ ਕੋਈ ਬਿਹੇਵੀਅਰ ਨਹੀਂ ਹੈਗਾ ਮਿਲਣ ਦਾ। ਰੋਹ ਸਾਡਾ ਜਾਰੀ ਰਹੂਗਾ ਜੀ, ਜੇ ਸਾਡੀ ਮੰਗ ਨਾ, ਸਾਨੂੰ ਤਰੱਕੀ ਭਰੋਸਾ ਨਾ ਦਿੱਤਾ ਗਿਆ ਤਾਂ ਅਸੀਂ ਜਿੰਨੇ ਮੁਲਾਜ਼ਮ ਆ, ਠੇਕਾ 15,000 ਮੁਲਾਜ਼ਮ ਆ, ਅਸੀਂ ਪੱਕਾ ਮੋਰਚਾ ਲਾਵਾਂਗੇ।